ਵਲੰਗਟਨ ਦੇ ਵਿੱਚ ਆਨਲੋ ਕਾਲਜ ਪਿਛਲੇ ਕੁਝ ਹਫ਼ਤਿਆਂ ਵਿੱਚ ਰੇਲ ਸਟੇਸ਼ਨਾਂ ਤੇ ਕਈ ਹਮਲਿਆਂ ਤੋਂ ਬਾਅਦ ਵਿਦਿਆਰਥੀਆਂ ਨੂੰ ਇਕੱਲੇ ਚੱਲਣ ਦੇ ਖਤਰਿਆਂ ਬਾਰੇ ਚੇਤਾਵਨੀ ਦੇ ਰਿਹਾ ਹੈ। ਯੌਨਸਵਿਲੇ ਹਾਈ ਸਕੂਲ ਨੇ ਸੋਮਵਾਰ ਦੁਪਹਿਰ ਨੂੰ ਇੱਕ ਈਮੇਲ ਭੇਜੀ ਜਿਸ ਵਿੱਚ ਵਿਦਿਆਰਥੀਆਂ ਨੂੰ ਇਕੱਲੇ ਰੇਲਵੇ ਸਟੇਸ਼ਨ ਵਿੱਚੋਂ ਘੁੰਮਣ ਦੇ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਗਈ ਹੈ। ਈਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਨੌਜਵਾਨ ਪੀੜਤ ਹੋਏ ਹਨ ਉਹ ਆਮ ਤੌਰ ਤੇ ਇਕੱਲੇ ਘੁੰਮਦੇ ਸਨ। ਉਹਨਾਂ ਦੇ ਕੋਲ ਹਾਈ ਵੈਲਿਊ ਆਈਟਮ ਜਿਵੇਂ ਕਿ ਫੋਨ ਜਾਂ ਇੱਥੋਂ ਤੱਕ ਕਿ ਕੱਪੜੇ ਵੀ ਖੋਲੇ ਗਏ। ਹੁਣ ਅੱਗੇ ਲਿਖਿਆ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਇਹ ਯਕੀਨੀ ਬਣਾਉਣ ਲਈ ਸਲਾਹ ਦੇ ਰਹੇ ਹਾਂ ਕਿ ਉਹ ਜਦੋਂ ਵੀ ਸੰਭਵ ਹੋਵੇ ਆਪਣੇ ਸਾਥੀਆਂ ਜਾਂ ਹੋਰ ਅਡਲਟ ਦੇ ਨਾਲ ਹੀ ਬਾਹਰ ਨਿਕਲਣ ਅਤੇ ਰੇਲਵੇ ਸਟੇਸ਼ਨਾਂ ਵਰਗੇ ਖੇਤਰਾਂ ਤੇ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ। ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਲੋੜ ਤੋਂ ਵੱਧ ਸਮੇਂ ਲਈ ਘੁੰਮਣ ਲਈ ਖੇਤਰ ਨਹੀਂ ਹਨ। ਸਕੂਲ ਦੀ ਚੇਤਾਵਨੀ ਵਲਿੰਗਟਨ ਦੇ ਖੇਤਰੀ ਰੇਲਵੇ ਸਟੇਸ਼ਨਾਂ ਅਤੇ ਆਲੇ ਦੁਆਲੇ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੰਸਕ ਅਪਰਾਧ ਦੇ ਕਈ ਮਾਮਲਿਆਂ ਤੋਂ ਬਾਅਦ ਆਈ ਹੈ। ਪੁਲਿਸ ਨੇ ਸਥਾਨਕ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਜੋ ਹਾਲ ਹੀ ਵਿੱਚ ਵਲਿੰਗਟਨ ਹਟ ਵੈਲੀ ਜਾਂ ਕਪਿਟੀ ਟ੍ਰੇਨ ਲਾਈਨਾਂ ਤੇ ਲੁੱਟ ਜਾਂ ਹਮਲੇ ਦੇ ਸ਼ਿਕਾਰ ਹੋਏ ਹਨ ਉਹ ਪੁਲਿਸ ਦੇ ਨਾਲ ਸੰਪਰਕ ਕਰਨ। ਬਿਊਰੋ ਰਿਪੋਰਟ, ਐਨਜੈਡ ਪੰਜਾਬੀ ਨਿਊਜ਼।